ਸੋ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਪੁਲਿਸ ਦੇ ਟ੍ਰਾਂਸਫਰ ਨੂੰ ਲੈ ਕੇ ਆ ਰਹੀ ਹੈ। ਪੰਜਾਬ ਪੁਲਿਸ ਦੇ ਵਿੱਚ ਇੱਕ ਵੱਡਾ ਬਵਾਲ ਹੋਇਆ ਤਬਾਦਲੇ ਨੂੰ ਲੈ ਕੇ, ਟ੍ਰਾਂਸਫਰ ਨੂੰ ਲੈ ਕੇ। ਕੀ ਆ ਉਹ ਵਿਵਾਦ, ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਅਣਕੀ ਜੀ। ਅਣਕੀ ਸਾਹਿਬ, ਕਿਵੇਂ ਦੇਖ ਰਹੇ ਹੋ ਇੱਕ ਵੱਡਾ ਬਵਾਲ ਹੋਇਆਗਾ ਟ੍ਰਾਂਸਫਰਾਂ ਨੂੰ ਲੈ ਕੇ? 47 ਟ੍ਰਾਂਸਫਰ ਹੋਏ ਸੀਗੇ ਚੋਣ ਜ਼ਾਬਤੇ ਤੋਂ ਬਿਲਕੁਲ ਪਹਿਲਾਂ, ਲੇਕਿਨ ਟ੍ਰਾਂਸਫਰ ਦੇ ਉੱਪਰ ਦਸਖਤਾਂ ਨੂੰ ਲੈ ਕੇ ਇੱਕ ਵੱਡਾ ਬਵਾਲ ਹੈ। ਕਿਵੇਂ ਦੇਖ ਰਹੇ ਹੋ ਪੂਰੇ ਬਵਾਲ ਨੂੰ? देखो मान साहब, ये बहुत वड्डी खबर जिहड़ी असीं अपने दर्शकां नूं दसण जा रहे हैं। ये खबर हैगी बीते दिन जदों एन चोण जाबता जां चोणां दा ऐलान हो रहा सी, तां उस वेले पंजाब पुलिस दे विच 47 दे करीब डीएसपी दीआं बदलियां जिहड़ियां ओह कर दित्तियां गईआं सन। तां जदों एन ओह इक पासे दा चोण कमिशन जिहड़ा प्रैस कॉन्फ्रेंस कर रहा सी, ते दूजे पासे डीएसपी सी बदली नूं लै के जिहड़ा प्रैस नोट सी जां आर्डर जिहड़े जारी कर दित्ते गए सन। तां दिलचस्प गल इह कि इह जिहड़े आर्डर कीते गए सन उस समें दे ਜਿਹੜੇ ਪੁਲਿਸ ਦੇ ਏਡੀਜੀਪੀ ਜਿਹੜਾ ਕੋਲ ਡੀਜੀਪੀ ਦਾ ਚਾਰਜ ਸੀ, ਸਭਾਪ ਚਟੋਪਾਧਿਆਇ ਦੀ ਸਾਈਨਾਂ ਦੇ ਹੇਠ, ਦਸਤਖਤਾਂ ਦੇ ਹੇਠ, ਸਾਖਰਾਂ ਦੇ ਹੇਠ ਇਹ ਬਦਲੀਆਂ ਕੀਤੀਆਂ ਗਈਆਂ ਸਨ। ਪਰ ਹੁਣ ਦਿਲਚਸਪ ਮੋੜ ਇਹ ਆਇਆ ਕਿ ਉਹ ਜਿਹੜੀਆਂ 47 ਬਦਲੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਜਿਹਨਾਂ ਦੇ ਸਾਈਨ ਡੀਜੀਪੀ ਸਭਾਪ ਚਟੋਪਾਧਿਆਇ, ਉਹ ਸਾਫ ਮੁਕਰਦੇ ਨਜ਼ਰ ਆ ਰਹੇ ਨੇ। ਉਹ ਕਹਿ ਰਹੇ ਨੇ ਕਿ ਉਹਨਾਂ ਨੇ ਕੋਈ ਵੀ ਆਪਣੇ ਦਸਤਖਤਾਂ ਜਾਂ ਆਪਣੇ ਸਾਈਨਾਂ ਹੇਠ, ਸਿਗਨੇਚਰ ਹੇਠ ਕੋਈ ਵੀ ਬਦਲੀਆਂ ਜਿਹੜੀਆਂ ਨਹੀਂ ਕੀਤੀਆਂ। ਤਾਂ ਹੁਣ ਸਭ ਤੋਂ ਵੱਡਾ ਪ੍ਰਸ਼ਨ ਜਿਹੜਾ ਇਹ ਪੈਦਾ ਹੁੰਦਾ ਕਿ ਜੇਕਰ ਸਰਦਾਰ ਚਟੋਪਾਧਿਆਇ ਜਿਹੜੇ ਉਸ ਸਮੇਂ ਤੱਕ ਡੀਜੀਪੀ ਸਨ, ਜੇਕਰ ਉਹਨਾਂ ਨੇ ਆਪਣੇ ਸਾਈਨਾਂ ਦੇ ਹੇਠ ਇਹ ਬਦਲੀਆਂ ਨਹੀਂ ਕੀਤੀਆਂ, ਤਾਂ ਫਿਰ ਉਹਨਾਂ ਦੇ ਝੂਠੇ ਸਾਈਨਾਂ ਦੇ ਹੇਠ ਬਦਲੀਆਂ ਜਿਹੜੀਆਂ ਨੇ ਇਹ ਕਿਹਨਾਂ ਨੇ ਕੀਤੀਆਂ ਨੇ? ਇਹ ਆਪਣੇ ਦਰਸ਼ਕਾਂ ਨੂੰ ਸਾਫ਼ ਦੱਸਦੀ ਹੈ ਕਿ ਉਹ ਸਾਫ਼ ਇਸ ਤੱਕ ਤੋਂ ਇਨਕਾਰ ਕਰ ਰਹੇ ਹਨ ਕਿ ਉਹਨਾਂ ਨੇ ਕੋਈ ਵੀ ਬਦਲੀਆਂ ਨਹੀਂ ਕੀਤੀਆਂ, ਤਾਂ ਨਾ ਹੀ ਉਹਨਾਂ ਦੇ ਸਹੀ ਹਨ। ਕਿਉਂਕਿ ਦੂਜੇ ਪਾਸੇ ਜਿਹੜੇ ਆਰਡਰ ਹਨ ਉਹਨਾਂ ਉੱਤੇ ਸਰਦਾਰ ਚਟੋਪਾਧਿਆਇ ਦੇ ਸਾਈਨ ਹਨ। ਸੋ ਇਸ ਤਰੀਕੇ ਦੇ ਨਾਲ ਜੇਕਰ ਇਹ ਸਾਰਾ ਮਾਮਲਾ ਇਹ ਜੋ ਸਾਹਮਣੇ ਆ ਰਿਹਾ, ਇਹ ਬਹੁਤ ਵੱਡੀ ਇੱਕ ਸਾਜਿਸ਼ ਦਾ ਹਿੱਸਾ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਇਹ ਬਦਲੀਆਂ ਸਰਦਾਰ ਚਟੋਪਾਧਿਆਇ ਨੇ ਆਪਣੇ ਸਾਈਨਾਂ ਹਿੱਸ ਨੇ ਕੀਤੀਆਂ, ਤਾਂ ਫਿਰ ਇਹ ਕਿਸ ਦੇ ਇਸ਼ਾਰੇ ਤੇ ਹੋਈਆਂ? ਕਿਉਂਕਿ ਇਹ ਜੀਓ ਪੱਧਰ ਦੀਆਂ ਬਦਲੀਆਂ ਨੇ ਜਿਹਦੇ ਵਿੱਚ ਗ੍ਰਹਿ ਮੰਤਰੀ, ਮੁੱਖ ਮੰਤਰੀ, ਡੀਜੀਪੀ ਦਾ ਸਹਿਮਤ ਹੋਣਾ ਜ਼ਰੂਰੀ ਹੈ। ਤਾਂ ਜੇਕਰ ਡੀਜੀਪੀ ਸਾਫ਼ ਇਸ ਗੱਲ ਤੋਂ ਇਨਕਾਰ ਕਰ ਰਹੇ ਨੇ, ਤਾਂ ਫਿਰ ਜਿਹੜੀ ਉਂਗਲ ਹੈ ਉਹ ਕਿੰਨਾ ਵੱਲ ਉੱਠ ਸਕਦੀ ਆ? ਇਸ ਸੰਬੰਧੀ ਸਾਡੇ ਦਰਸ਼ਕ ਜਿਹੜੇ ਖੁਦ ਮਹਿਸੂਸ ਕਰ ਸਕਦੇ ਨੇ, ਜੇਕਰ ਸਧਾਰਨ ਪੱਧਰ ਦੀਆਂ ਬਦਲੀਆਂ ਹੋਣ, ਜੇਕਰ ਸਿਪਾਹੀ ਕਾਂਸਟੇਬਲ, ਹੈੱਡ ਕਾਂਸਟੇਬਲ ਦੀਆਂ ਬਦਲੀਆਂ ਹੋਣ, ਤਾਂ ਉਹ ਐਸਐਸਪੀ ਆਪਣੇ ਪੱਧਰ ਤੇ ਕਰ ਸਕਦੇ ਨੇ, ਪਰ ਉਹ ਵੀ ਉੱਤੋਂ ਉਹਨਾਂ ਨੂੰ ਮਨਜ਼ੂਰੀ ਲੈਣੀ ਪਏਗੀ। ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੀਆਂ ਬਦਲੀਆਂ ਨੇ ਜੀਓ ਗਸਟਡ ਅਧਿਕਾਰੀ ਪੱਧਰ ਦੀਆਂ ਨੇ, ਤਾਂ ਇਹ ਜਿਹੜੀਆਂ ਬਦਲੀਆਂ ਨੇ ਡੀਜੀਪੀ, ਕੇਂਦਰੀ ਗ੍ਰਹਿ ਮੰਤਰੀ, ਮਾਫ਼ ਕਰਨਾ, ਗ੍ਰਹਿ ਰਾਜ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਜਿਹਨਾਂ ਕੋਲ ਗ੍ਰਹਿ ਮੰਤਰਾਲੇ ਹੁੰਦਾ, ਉਹਨਾਂ ਦੇ ਸਾਈਨਾਂ ਦੇ ਹੇਠ ਹੀ ਇਹ ਬਦਲੀਆਂ ਹੁੰਦੀਆਂ ਨੇ। ਤਾਂ ਹੁਣ ਇਹ ਜਿਹੜਾ ਸਥਿਤੀ ਹੈ ਇਹ ਬੜੀ ਹੋਰ ਤਰੀਕੇ ਦੀ ਸਾਹਮਣੇ ਆ ਰਹੀ ਆ, ਕਿਉਂਕਿ ਸਰਦਾਰ ਚਟੋਪਾਧਿਆਇ ਉਹਨਾਂ ਨੇ ਸਾਫ਼ ਇਨਕਾਰ ਕੀਤਾ ਕਿ ਉਹਨਾਂ ਨੇ ਇਹ ਬਦਲੀਆਂ ਨਹੀਂ ਕੀਤੀਆਂ। ਤਾਂ ਕੁਦਰਤੀ ਤੌਰ ਤੇ ਇਹ ਫਿਰ ਜੋ ਬਦਲੀਆਂ ਹੋਈਆਂ ਨੇ ਕਿਸ ਦੇ ਇਸ਼ਾਰੇ ਤੇ ਤੇ ਕਿਸ ਦੇ ਝੂਠੇ ਸਾਈਨਾਂ ਦੇ ਹੇਠ ਹੋਈਆਂ ਨੇ, ਇਹ ਇੱਕ ਜਾਂਚ ਦਾ ਵਿਸ਼ਾ ਆ ਜਿਹਦੇ ਨਾਲ ਪੂਰਨ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਗਰਮਾ ਗਈ ਆ। ਪੰਜਾਬ ਸਰਕਾਰ ਇਸ ਵੇਲੇ ਚਲੋ ਉਹ ਤਾਂ ਚੋਣ ਕਮਿਸ਼ਨ ਦੇ ਅਧੀਨ ਆ, ਪਰ ਇਸ ਸਭ ਦੇ ਬਾਵਜੂਦ ਇੱਕ ਜਿਹੜਾ ਇੱਕ ਵੱਡੇ ਪੱਧਰ ਤੇ ਜਿਹੜਾ ਇੱਕ ਰੌਲਾ ਜਿਹੜਾ ਹੈ ਪ੍ਰਸ਼ਾਸਨਿਕ ਹਲਕਿਆਂ ਵਿੱਚ ਪਿਆ ਕਿ ਇਹ ਜਿਹੜੀਆਂ ਬਦਲੀਆਂ ਨੇ ਕਿਹਨਾਂ ਦੇ ਇਸ਼ਾਰੇ ਤੇ ਹੋਈਆਂ ਨੇ। ਜੀ ਮਾਨ ਸਾਹਿਬ, ਉਹ ਸਰ ਜਿਹੜੀ ਗੱਲ ਕਰ ਰਹੇ ਨੇ ਵੀ ਉਹ ਸਾਜਿਸ਼ ਦੇ ਅਧੀਨ ਮੇਰੇ ਸਾਈਨ ਹੋਣੇ, ਜਿਵੇਂ ਚਟੋਪਾਧਿਆਇ ਜੀ ਕਹਿ ਰਹੇ ਨੇ ਸੂਤਰਾਂ ਤੋਂ ਖਬਰ ਹੈ ਵੀ ਮੇਰੇ ਸਾਈਨ ਹੀ ਨਹੀਂ, ਫਿਰ ਕਿਵੇਂ ਦੇਖ ਰਹੇ ਹੋ ਇਹ ਸਾਜਿਸ਼ ਦੇ ਵਿੱਚ ਕਿਹਦਾ ਹੱਥ ਹੋ ਸਕਦਾ? ਤੁਸੀਂ ਵੈਸੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਜੇ ਸਾਜਿਸ਼ ਦੇ ਤਹਿਤ ਇਹ ਬਦਲੀਆਂ ਹੋਈਆਂ ਨੇ ਜਾਂ ਝੂਠੇ ਸਾਈਨ ਹੋਏ ਨੇ, ਇਹਦੇ ਵਿੱਚ ਕਿਹਨੂੰ ਜ਼ਿਆਦਾ ਫਾਇਦਾ ਹੋ ਸਕਦਾ? ਕਿਵੇਂ ਦੇਖ ਰਹੇ ਹੋ ਕਿਸ ਦੇ ਵੱਲ ਇਹ ਤਾਰ ਬਦਲਣਗੇ? ਕੀ ਚੋਣ ਕਮਿਸ਼ਨ ਸਖ਼ਤ ਨੋਟਿਸ ਲਵੇਗਾ? ਇੱਕ ਉੱਚ ਪੱਧਰੀ ਜਾਂਚ ਹੁੰਦੀ ਦੇਖ ਰਹੇ ਹੋ ਉਸ ਮਾਮਲੇ ਦੇ ਵਿੱਚ? ਬਿਲਕੁਲ ਜੀ ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਰਹਿ ਜਾਂਦੀਆਂ ਹੁਣ, ਕਿਉਂਕਿ ਜੇਕਰ ਡੀਜੀਪੀ ਨੇ ਇਸ ਤਰੀਕੇ ਤੋਂ ਆਪਣਾ ਪੱਲਾ ਝਾੜ ਲਿਆ ਤਾਂ ਹੁਣ ਅਗਲਾ ਜਿਹੜਾ ਨਜ਼ਰਾਂ ਨੇ ਉਹ ਚੋਣ ਕਮਿਸ਼ਨ ਦੇ ਟਿੱਕੀਆਂ ਰਹਿਣਗੇ ਕਿ ਚੋਣ ਕਮਿਸ਼ਨ ਇਹਨਾਂ ਦੇ ਸੰਬੰਧੀ ਕੀ ਐਕਸ਼ਨ ਲੈਂਦਾ ਜਾਂ ਚੋਣ ਕਮਿਸ਼ਨ ਦੀ ਅਗਲੀ ਕਾਰਵਾਈ ਕੀ ਹੋਵੇਗੀ। ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹਾਂਗਾ ਕਿ ਜਿਸ ਦਿਨ ਚੋਣ ਜਾਬਤਾ ਲੱਗਾ ਸੀ, ਚੋਣ ਜਾਬਤਾ 8 ਜਨਵਰੀ ਨੂੰ 3:30 ਵਜੇ ਲੱਗ ਗਿਆ ਸੀ, ਤਾਂ ਉਸ ਵਕਤ ਕਈ ਮੰਤਰੀ ਪੰਜਾਬ ਸਰਕਾਰ ਦੇ ਆਪੋ ਆਪਣੇ ਹਲਕਿਆਂ ਦੇ ਵਿੱਚ ਮੌਜੂਦ ਸਨ। ਪਰ ਐਨ ਜਦੋਂ ਚੋਣ ਜਾਬਤਾ ਲੱਗਾ ਉਸੇ ਵੇਲੇ ਇਹ ਮੰਤਰੀ ਆਪਣੇ ਹਲਕਿਆਂ ਨੂੰ ਛੱਡ ਕੇ ਚੰਡੀਗੜ੍ਹ ਵੱਲ ਰਵਾਨਾ ਹੋ ਗਏ। ਇਹਨਾਂ ਵਿੱਚ ਆਪਣੇ ਕੋਲ ਕੁਝ ਮੰਤਰੀਆਂ ਦੇ ਨਿੱਜੀ ਪੱਧਰ ਤੇ ਸਾਡੇ ਕੋਲ ਜਾਣਕਾਰੀ ਕਿ ਕਿਹੜਾ ਮੰਤਰੀ ਐਨ ਚੋਣ ਜਾਬਤਾ ਲੱਗਣ ਤੋਂ ਬਾਅਦ ਆਪਣਾ ਹਲਕਾ ਛੱਡ ਕੇ ਚੰਡੀਗੜ੍ਹ ਆਪਣੇ ਦਫ਼ਤਰ ਰਵਾਨਾ ਹੋ ਗਏ ਸਨ। ਤਾਂ ਇਹ ਸਮਝਿਆ ਜਾ ਰਿਹਾ ਸੂਤਰਾਂ ਤੋਂ ਅਨੁਸਾਰ ਇਹ ਜਾਣਕਾਰੀ ਸੀ ਕਿ ਜਿਹੜੇ ਮੰਤਰੀ ਉਸਦੇ ਆਪਣੇ ਹਲਕਾ ਛੱਡ ਕੇ ਚੋਣ ਜਾਬਤਾ ਲੱਗਣ ਤੋਂ ਬਾਅਦ ਚੰਡੀਗੜ੍ਹ ਵਿਖੇ ਪਹੁੰਚੇ ਤਾਂ ਕੇਵਲ ਔਰ ਕੇਵਲ ਉਹਨਾਂ ਨੇ ਆਪਣੀਆਂ ਫਾਈਲਾਂ ਜਿਹੜੀਆਂ ਪਿਛਲੀ ਡੇਟ ਵਿੱਚ ਜਿਹੜੀਆਂ ਕੱਢਣ ਦਾ ਯਤਨ ਕੀਤਾ ਜਾਂ ਕੱਢੀ ਫਾਈਲਾਂ ਜਿਹੜੀਆਂ ਕੱਢੀਆਂ ਸਨ, ਜਦੋਂ ਕਿ ਚੋਣ ਕਮਿਸ਼ਨ ਨੇ
इस संबंधी भी सख्त हदायतां जिहड़ियां कहा सी कि जिहड़ा भी काम होवेगा ऑनलाइन होवेगा। ये मैं इशारे नाल एक गल अपने दर्शकों को दसनी चाहुंदा कि उस चोण जाबता लगन तो बाद जदों मंत्री आपो अपने हल्के छड़ के तुरंत चंडीगढ़ पहुंचे तो उस समय बहुत वड्डे पद्धर ते इहो जिहे जिहड़े काम होए होणगे जिहनां दी जानकारी आउंदे दिनां दे विच वी सानूं मिल सकदी हैगी आ। मैं एक गल होर अपने दर्शकों को दसना चाहवांगा कि अज तो 15-20 साल पहला जो बेन सिंह होना की बंब ब्लास्ट जो पंजाब के उस समय के मुख्यमंत्री सन उन्हों की बंब ब्लास्ट में जो मौत हो जाती है तो उस वक्त रात में पांच सेक्टर बंद होया था। एक पासे सबका मुख्यमंत्री बेन सिंह होना की मौत से जिहड़ियां कार्रवाई चल रही थी ते दूजे पासे 38 के बंद कमर के पिछे बहुत वड्डियां फाइलों के जिहड़े साइन जिहड़े वो किए जा रहे हैं। यह हमेशा सिलसिला इदां चलता ते अगले दिन हरचरण सिंह बराड़ होना का जो नाम से वो मुख्यमंत्री के रूप सामने आ गया थी। पर बेन सिंह की रात बेन सिंह की मौत वाली रात तो बाद बड़े वड्डे पद्धर से कुछ अजिहिया फाइलों से साइन किए गए सन जे अज तक बुजारत बने हुए हैं। तो आ जो सिलसिला है यह सिलसिला कुछ भी उस तरह का लगता कि जो एक पास का चोन जाबता लागू हो रहा दूजे बने डीएसपी पद दी जिहड़ियां बदलियां ने हो रही ने तो एडीजीपी माफ करना डीजीपी कह रहा कि मैं साइन नहीं किए तो कुदरती तौर पर इसका जो फायदा है जिहड़े इस नाल संबंधित मंत्री या उस संबंधित विभाग आ उन्होंने सीधे रूप के मिलता नजर आता। बाकी जरा चोन कमीशन इस मसले को काफी गंभीरता न लेगा क्योंकि जेकर यह खबर जितने अभी नशर कर रहे हैं तो विरोधी पार्टियां भी यह खबर निशाने से होगी तो आने दिनों में यह बदलियां रद्द भी हो सकती हैं। चोन कमीशन ये संबंधी सख्त कार्रवाई भी कर सकता है। जी मान साहब सो सर गल पर यह है भी इस तरह दियाँ जिहड़े बदले की गल कर रहे चट्टोपाध्याय साहब कह रहे हैं मेरे साइन नहीं है कि पंजाब सरकार ने फिर यह जिहड़ियां बदलियां हुई ने पंजाब सरकार के इशारे ते हुई ने कि उन्होंने वालों अपने हल्कों के अपने ही पसंदीदा लगाए गए ने अफसर उस तरीके देखिए या फिर चट्टोपाध्याय साहब की प्र भी जो इन्हों का बयान आ रहे हैं उपर भी सवाल चुके जाएंगे भी वो सच भी कह रहे हैं या झूठ बोल रहे हैं किवें होएगा पूरा मामला। देखो यह तो एक जांच का विषय है जो पहली गल तुम कह रहे जी साफ तौर पर यहोजा होंगे क्योंकि चोन कमीशन एन चोणों तो मौके तो पहला हर सरकार अपनी मर्जी के यहोजे अधिकारी जोड़े ने आपो अपने हल्कों के जरूर नियुक्त करते हैं जरा चोणों में जिन्हों को अपने हक के जरा फायदा जरा लाभ लिया जा सके इस कोई दो रहा ही नहीं हो सकती कि यह जी बदली जो पंजाब सरकार के इशारे से नहीं हो पंजाब सरकार इस संबंधी कोई पता ना हो। दूजा जरा अगली गल तुम कह रहे जे कि यह भी एक गल की शायद कि सरदार चरण राय साहब झूठ ना बोलते हो पर झूठ बोलने वाली जी गल है वह नजरी नहीं आती क्योंकि एक डीजीपी पद्धर रैंक का अधिकारी जेकर इस मसले से साइन करने बाद अपनी यह गल कहता तो कुदरती तौर पर उसकी जी हेठी है बड़े वे पद्धर से होंगी है तो वह व्यक्ति जोड़ा बंदा रिटायरमेंट दे एन मूड से खलोता हो अपने उत्ते कदे भी अजिहे दोष लैके वो इहोजा वाद विवाद पैदा नहीं करेगा। सो साफ तौर पर यह कहा जा सकता है कि यह जिहड़ियां 47 बदलियां डीएसपी दी होईयां ने यह सरकार ने अपने पद्धर से चोणां विच अपना फायदा लैण वास्ते ही यह कीतियां ने जिहदे विचों कौन कौन इहदे विच शामिल हैगा यह भी एक अद्धे दिन दे विच यह जो सामने आ जाए क्योंकि यह एक बेहद चिंताजनक विशा जांच का विषय आ तो जिहदे उत्ते चोन कमीशन भी सख्त एक्शन लैगा तो पंजाब दीआं विरोधी पार्टियां भी प्रोफेसर मनजीत सिंह अणकी जी ने विस्तार दे विच दस्या कि यह एक बड़ा वाद विवाद वाला वाव रोला उठा है पंजाब दे विच सो बदलियों लैके जो कि बड़े पद्धर के उपर हुई 47 डिप्टी रैंक के बड़े अफसर दी बदली हुई सी लेकिन इस तबादले नू जां इन्हां ट्रांसफर नू लैके एक बड़ा वाव रोला बड़ा तूफान पंजाब दे विच उठिया है। एस चट्टोपाध्याय जो उस समय दे डीजीपी सी उन्हां वल्लों साफ इनकार कर दिता गया है कि उस तबादले की उस ट्रांसफर की लिस्ट के उपर उन्हां दे सैन नहीं सी इह सैन जिवें कि सूत्रां ने खबर दसी है भी चट्टोपाध्याय साहब कह रहे हैं कि यह सैन जाली ने कि यह सैन सचमुच जाली ने इस दे उपर की वड्डी जांच होवेगी चोण कमीशन किस तरह का फैसला करेगा इस बड़े वाव रोल के उपर यह सब कुछ जानने के लिए तुसी बने रहो रोजाना लोक नाथ टीवी दे नाल।